ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਬਾਈ ਜੀ ਟੀਵੀ ਤੇ ਮੈਂ ਜੱਸੀ ਬੜੈਚ ਜਿੱਦਾਂ ਕਹਿ ਲਈ ਕਿ ਅੱਜ ਦੀ ਮੁਲਾਕਾਤ ਸਾਡੀ ਬਹੁਤ ਖਾਸ ਰਹੂਗੀ ਅੱਜ ਦੀ ਮੁਲਾਕਾਤ ਸਾਡੀ ਹੈਲਥ ਨੂੰ ਲੈ ਕੇ ਹੋਊਗੀ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਡਾਕਟਰ ਸਨੀ ਵਿਰਦੀ ਜੀ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਸਤਰੀਕਾਲ ਸਰੋਤਿਆਂ ਨੂੰ ਮੈਂ ਡਾਕਟਰ ਸਨੀ ਮੈਂ ਚੈਸਟ ਦਾ ਸਪੈਸ਼ਲਿਸਟ ਹਾਂ ਅੱਜ ਅਸੀਂ ਸਾਰੇ ਇੱਥੇ ਸੀਓਪੀਡੀ ਡੇ ਦੇ ਉਪਲਕਸ ਤੇ ਇਕੱਠੇ ਹੋਏ ਹਾਂ ਵਰਲਡ ਸੀਓਪੀਡੀ ਡੇ 17 ਨਵੰਬਰ ਨੂੰ ਮਨਾਇਆ ਜਾਂਦਾ ਹੈ ਇਹਦਾ ਮੇਨ ਜਿਹੜਾ ਮਕਸਦ ਹੈ ਇਹਦਾ ਇਹ ਰਹਿੰਦਾ ਹੈ ਕਿ ਅਸੀਂ ਇਸ ਦਿਨ ਸਾਰੇ ਡਾਕਟਰ ਮਿਲ ਕੇ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਸੀਓਪੀਡੀ ਬਿਮਾਰੀ ਨੂੰ ਲੈ ਕੇ ਸਾਰਿਆਂ ਦੇ ਅੰਦਰ ਜਾਗਰੂਕਤਾ ਬਣਾਈਏ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਸੀਓਪੀਡੀ ਬਿਮਾਰੀ ਹੈ ਕਿ ਸੀਓਪੀਡੀ ਫੇਫੜਿਆਂ ਦੇ ਨਾਲ ਜੁੜੀ ਹੋਈ ਬਿਮਾਰੀ ਹੈ ਜਿਹਦਾ ਕਿ ਬਹੁਤ ਹੀ ਗਹਿਰਾ ਤਾਲੁਕਾਤ ਹੈ ਪੋਲੂਸ਼ਨ ਦੇ ਨਾਲ ਸਮੋਕਿੰਗ ਦੇ ਨਾਲ ਜਿਹੜੇ ਵੀ ਲੋਕ ਲਗਾਤਾਰ ਸਮੋਕਿੰਗ ਕਰਦੇ ਨੇ ਸਾਲੋ ਸਾਲ ਹੌਲੀ ਹੌਲੀ ਫੇਫੜੇ ਦੇ ਅੰਦਰ ਡੈਮੇਜ ਹੋਣ ਕਰਕੇ ਸੀਓਪੀਡੀ ਦੀ ਬਿਮਾਰੀ ਉਹਨਾਂ 'ਚ ਬਣਦੀ ਹੈ ਇਸੇ ਤਰ੍ਹਾਂ ਦੀ ਬਿਮਾਰੀ ਅਸੀਂ ਦੇਖਦੇ ਹਾਂ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਕਿ ਚੁੱਲ੍ਹੇ ਦਾ ਇਸਤੇਮਾਲ ਕਰਦੇ ਨੇ ਘਰੇ ਧੂਆ ਜ਼ਿਆਦਾ ਰਹਿੰਦਾ ਹੈ ਆਪਣਾ ਜਿੱਥੇ ਵੀ ਰੋਟੀ ਵਗੈਰਾ ਬਣਦੀ ਹੈ ਜਦੋਂ ਇਹ ਕੰਮ ਸਾਲੋ ਸਾਲ ਕੀਤਾ ਜਾਂਦਾ ਹੈ ਤੇ ਉਹ ਫੇਫੜੇ ਦੇ ਉੱਤੇ ਉਹਦਾ ਜੋ ਇਫੈਕਟ ਆਂਦਾ ਹੈ ਉਹਦੇ ਕਰਕੇ ਜੋ ਬਿਮਾਰੀ ਹੁੰਦੀ ਹੈ ਉਸ ਨੂੰ ਅਸੀਂ ਸੀਓਪੀਡੀ ਕਹਿੰਦੇ ਹਾਂ ਉਸ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਦੇਖਿਆ ਅੱਜਕੱਲ ਪੋਲੂਸ਼ਨ ਬਹੁਤ ਵੱਧ ਗਿਆ ਹੈ ਪੋਲੂਸ਼ਨ ਕਰਕੇ ਵੀ ਲੰਗਸ ਦੇ ਉੱਤੇ ਜੋ ਇਫੈਕਟ ਆਂਦਾ ਉਹਦੇ ਨਾਲ ਸੀਓਪੀਡੀ ਇੱਕ ਬਿਮਾਰੀ ਹੋ ਸਕਦੀ ਹੈ। ਤਾਂ ਜਦੋਂ ਗੱਲ ਕਰ ਲਈਏ ਸੀਓਪੀਡੀ ਅੱਜ ਕੱਲ ਤਾਂ ਜੇ ਆਪਾਂ ਘਰ ਦੇ ਵਿੱਚ ਵੀ ਆ ਘਰ ਦੇ ਬਾਹਰ ਵੀ ਆ ਟ੍ਰੈਫਿਕ ਦੇ ਵਿੱਚ ਵੀ ਹਰ ਜਗ੍ਹਾ ਤੇ ਕਹਿ ਲਈਏ ਕਿ ਪੋਲੂਸ਼ਨ ਨੇ ਆਪਣਾ ਜਿਹੜਾ ਕਿ ਕਬਜ਼ਾ ਕੀਤਾ ਹੋਇਆ ਹੈਗਾ। ਇੱਥੋਂ ਤੱਕ ਕਿ ਦਿੱਲੀ ਦੇ ਵਿੱਚ ਤਾਂ ਦੁਆਰਾ ਫਿਰ ਸਕੂਲ ਵੀ ਬੰਦ ਕਰ ਦਿੱਤੇ ਕਿ ਪੋਲੂਸ਼ਨ ਕਰਕੇ ਉਹ ਉਹ ਚੀਜ਼ ਨੂੰ ਫਿਰ ਕਿਵੇਂ ਕੰਟਰੋਲ ਕੰਟਰੋਲ ਕੀਤਾ ਜਾ ਸਕਦਾ ਹੈ? ਕਿਵੇਂ ਬਚਾਅ ਹੋ ਸਕਦਾ ਹੈ? ਦੇਖੋ ਜੀ ਪੋਲੂਸ਼ਨ ਇੱਕ ਬੰਦੇ ਦੀ ਸਮੱਸਿਆ ਨਹੀਂ ਹੈ। ਨਾ ਇਹ ਸਰਕਾਰ ਦੀ ਹੈ, ਨਾ ਇਹ ਜਨਤਾ ਦੀ ਹੈ। ਇਹ ਸਾਡੀ ਸਾਰਿਆਂ ਦੀ ਸਮੱਸਿਆ ਹੈ। ਪੋਲੂਸ਼ਨ ਦੀ ਰੋਕਥਾਮ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਕਰਕੇ ਬਹੁਤ ਸਮੱਸਿਆਵਾਂ ਦਾ ਸਾਹਮਣਾ ਸਾਨੂੰ ਕਰਨਾ ਪੈ ਰਿਹਾ ਹੈ ਮੈਂ ਚੈਸਟ ਦਾ ਡਾਕਟਰ ਹਾਂ ਚੈਸਟ ਦੀ ਪ੍ਰੈਕਟਿਸ ਕਰ ਰਿਹਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਪੋਲੂਸ਼ਨ ਕਰਕੇ ਕਿੰਨੀਆਂ ਬਿਮਾਰੀਆਂ ਬਣਦੀਆਂ ਨੇ ਤੇ ਕਿੰਨੇ ਲੋਕ ਪਰੇਸ਼ਾਨ ਹੁੰਦੇ ਨੇ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੇ ਵੀ ਏਸੀ ਹਵਾ 'ਚ ਸਾਹ ਲੈਣਾ ਹੈ ਤੇ ਤੁਸੀਂ ਸੋਚ ਸਕਦੇ ਹੋ ਕਿ ਵੀ ਅੱਗੇ ਜਾ ਕੇ ਕੀ ਬਣੇਗਾ ਤੇ ਇਹਦੇ 'ਚ ਮੈਨੂੰ ਲੱਗਦਾ ਹੈ ਕਿ ਹਰ ਇੱਕ ਆਦਮੀ ਨੂੰ ਇੰਡੀਪੈਂਡੈਂਟ ਜ਼ਿੰਮੇਵਾਰੀ ਚੱਕਣੀ ਪਵੇਗੀ ਜਿਹੜੀਆਂ-ਜਿਹੜੀਆਂ ਚੀਜ਼ਾਂ ਛੋਟੀਆਂ-ਛੋਟੀਆਂ ਆਪਾਂ ਕਰ ਸਕਦੇ ਨੇ ਸਮਾਜ ਭਲਾਈ ਵਾਸਤੇ ਉਹ ਸਾਡੇ ਲਈ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਨਾਲ ਕਿ ਵੀ ਆਪਾਂ ਓਪਨਲੀ ਚੀਜ਼ਾਂ ਨੂੰ ਨਾ ਜਲਾਈਏ ਜਿਵੇਂ ਕੂੜਾ ਆਪਾਂ ਜਲਾ ਦਿੰਨੇ ਆਂ ਕਈ ਵਾਰੀ ਦੂਸਰੇ ਨੰਬਰ ਦੇ ਉੱਤੇ ਜਿੱਥੇ ਲੋਡ ਨਹੀਂ ਹੈ ਉੱਥੇ ਆਪਾਂ ਕਾਰਾਂ ਗੱਡੀਆਂ ਨੂੰ ਘੱਟ ਤੋਂ ਘੱਟ ਇਸਤੇਮਾਲ ਕਰੀਏ ਸਾਈਕਲ ਦਾ ਜ਼ਿਆਦਾ ਇਸਤੇਮਾਲ ਕਰੀਏ ਪਬਲਿਕ ਟਰਾਂਸਪੋਰਟ ਦਾ ਜ਼ਿਆਦਾ ਇਸਤੇਮਾਲ ਕਰੀਏ ਜੇ ਕਿਤੇ ਦੋ ਬੰਦੇ ਇਕੱਠੇ ਜਾ ਰਹੇ ਨੇ ਤਾਂ ਇੱਕ ਕਾਰ ਦਾ ਇਸਤੇਮਾਲ ਕਰਕੇ ਉਹ ਚਲੇ ਜਾਣ ਤਾਂ ਕਿ ਕਾਰ ਪੂਲਿੰਗ ਹੋ ਜਾਏ ਔਰ ਪੋਲੂਸ਼ਨ ਘੱਟ ਹੋ ਸਕੇ ਉਸ ਤੋਂ ਬਾਅਦ ਆਪਾਂ ਨਾ ਜਿਹੜਾ ਫੈਕਟਰੀਆਂ ਦੇ ਉੱਤੇ ਰੋਕਥਾਮ ਹੈ ਪੋਲੂਸ਼ਨ ਦਾ ਕੰਟਰੋਲ ਹੈ ਉਹ ਚੀਜ਼ਾਂ ਵਾਸਤੇ ਸਰਕਾਰ ਅੱਗੇ ਜਾਗਰੂਕ ਹੈ ਹੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਨੂੰ ਲੱਗਦਾ ਹੈ ਕਿ ਮਿਲ ਕੇ ਸਾਡੀ ਸਾਰਿਆਂ ਦੀ ਸਮੱਸਿਆ ਹੈ ਇਹਦੇ ਵਿੱਚ ਸਰਕਾਰ ਨੂੰ ਲੋਕਾਂ ਨੂੰ ਮਿਲ ਕੇ ਹੀ ਆਪਣਾ ਯੋਗਦਾਨ ਪਾਉਣਾ ਪਏਗਾ ਬਿਲਕੁਲ ਜਿੱਦਾਂ ਕਹ ਲਈਏ ਕਿ ਨਾਲੀ ਜੁੜੀ ਬਿਮਾਰੀ ਜਿੱਦਾਂ ਕਿ ਅਸਥਮਾ ਹੋਰ ਬਹੁਤ ਬਿਮਾਰੀਆਂ ਜਿਹੜੀਆਂ ਸਾਨੂੰ ਜਿਨ੍ਹਾਂ ਦਾ ਡਾਇਰੈਕਟ ਪ੍ਰਭਾਵ ਸਾਡੀ ਚੇਸਟ ਤੇ ਸਾਡੇ ਦਿਲ ਤੇ ਹੁੰਦਾ ਹੈ ਕਹਿੰਦਾ ਚੀਜ਼ਾਂ ਦਾ ਤੇ ਕੀ ਲੱਛਣ ਨੇ ਇਹਨਾਂ ਦੇ ਕਿੰਨਾ ਦਾ ਬਚਾਅ ਹੋ ਸਕਦਾ ਹੈ ਹਾਂਜੀ ਐਸਥਮਾ ਤੇ ਸੀਓਪੀਡੀ ਦੇ ਲੱਛਣ ਦੋਨਾਂ ਦੇ ਆਪਸ ਵਿੱਚ ਮਿਲਦੇ ਜੁਲਦੇ ਹੁੰਦੇ ਨੇ ਇਹਦੇ ਚ ਮਰੀਜ਼ ਨੂੰ ਖਾਂਸੀ ਹੋ ਸਕਦੀ ਹੈ ਬਲਗਮ ਬਣ ਸਕਦਾ ਹੈ ਉਹਦੇ ਨਾਲ ਚੱਲਣ ਲੱਗਿਆ ਸਾਹ ਚੜ ਸਕਦਾ ਹੈ ਇਹਨਾਂ ਦੋਨਾਂ 'ਚ ਫਰਕ ਇਹ ਹੈ ਕਿ ਵੀ ਐਸਥਮਾ ਨੂੰ ਅਸੀਂ ਅਲਰਜੀ ਦੇ ਨਾਲ ਜੋੜਦੇ ਹਾਂ ਅਲਰਜੀ ਦੇ ਲੱਛਣ ਜਿਹੜੇ ਨੇ ਜਿਸ ਤਰ੍ਹਾਂ ਕਿਸੇ ਨੂੰ ਜ਼ੁਕਾਮ ਛਿੱਕਾਂ ਆ ਰਹੀਆਂ ਨੇ ਨੱਕ 'ਚੋਂ ਪਾਣੀ ਅੱਖਾਂ 'ਚੋਂ ਪਾਣੀ ਆ ਰਿਹਾ ਹੈ ਅਲਰਜੀ ਜਿਹੜੀ ਬਣਦੀ ਹੈ ਉਹ ਇਸ ਤਰ੍ਹਾਂ ਬਣਦੀ ਹੈ ਵੀ ਜੇ ਕੋਈ ਇੱਕ ਪਾਰਟਿਕੂਲਰ ਚੀਜ਼ ਤੋਂ ਕਿਸੇ ਨੂੰ ਅਲਰਜੀ ਹੈ ਜਦੋਂ ਆਦਮੀ ਉਹਦੇ ਐਕਸਪੋਜ਼ਰ ਚ ਆਂਦਾ ਹੈ ਤਾਂ ਉਹਨੂੰ ਲੱਛਣ ਆਣੇ ਸ਼ੁਰੂ ਹੋ ਜਾਂਦੇ ਜਿਵੇਂ ਮੈਂ ਕਹਾਂ ਕਿ ਕਿਸੇ ਨੂੰ ਮਿੱਟੀ ਕੱਟੇ ਤੋਂ ਅਲਰਜੀ ਹੈ ਉਹ ਜਦੋਂ ਹੀ ਮਿੱਟੀ ਕੱਟੇ ਤੋਂ ਆਦਮੀ ਜਾਏਗਾ ਨਾਲ ਦੀ ਨਾਲ ਹੀ ਉਹਨੂੰ ਇਹ ਜਿਹੜੇ ਲੱਛਣ ਨੇ ਉਹ ਆਣੇ ਸ਼ੁਰੂ ਹੋ ਜਾਣਗੇ ਪਰ ਜਿਹੜੀ ਸੀਓਪੀਡੀ ਹੈ ਉਹ ਇਹਦੇ ਨਾਲ ਮਿਲਦੀ ਜੁਲਦੀ ਬਿਮਾਰੀ ਹੈ ਪਰ ਉਹਦੇ ਲੱਛਣ ਇਸ ਤਰ੍ਹਾਂ ਨਹੀਂ ਹੁੰਦੇ ਉਹ ਤਾਂ ਹੌਲੀ ਹੌਲੀ ਸਾਲੋ ਸਾਲ ਸਾਲ ਦਾ ਸਾਰ ਪਨਪਦੀ ਹੈ ਤੇ ਹੌਲੀ ਹੌਲੀ ਵਾਦੀ ਹੈ ਇਹ ਚੀਜ਼ ਹੈ ਜਿੱਦਾਂ ਸਰ ਆਪਾਂ ਗੱਲ ਕਰੀਏ ਬਹੁਤੇ ਮਰੀਜ਼ ਐਦਾਂ ਦੇ ਮਿਲਦੇ ਆ ਜਿਹੜੇ ਕਹਿੰਦੇ ਸਾਨੂੰ ਆਹ ਚੀਜ਼ ਤੋਂ ਅਲਰਜੀ ਆ ਇਹ ਸਾਨੂੰ ਨਾਲ ਦੀ ਨਾਲ ਹੋਈ ਨਹੀਂ ਸਾਲਾਂ ਤੋਂ ਨਾਲ ਬਿਮਾਰੀ ਚੱਲਦੀ ਆ ਉਹਨਾਂ ਦੇ ਪਰ ਕੋਈ ਤਾਂ ਪੱਕਾ ਇਲਾਜ ਹੈ ਕੋਈ ਮਤਲਬ ਇਹ ਚੀਜ਼ ਦਾ ਪੱਕਾ ਕੋਈ ਹਰੇ ਬੰਦੇ ਤੋਂ ਮੂੰਹ ਸੁਣਦੇ ਆ ਉਹ ਕਹਿੰਦਾ ਮੈਨੂੰ ਇੰਨੇ ਸਾਲ ਹੋ ਗਏ ਤੇ ਮੈਨੂੰ ਆਹ ਚੀਜ਼ ਤੋਂ ਹੋਆ ਪਰ ਮੈਂ ਇਹ ਤਾਂ ਪਰਹੇਜ਼ ਕਰਦਾ ਕੋਈ ਪੱਕਾ ਇਲਾਜ ਨਹੀਂ ਇਹ ਚੀਜ਼ ਦਾ ਹੋ ਪਾਇਆ ਇਹ ਬਹੁਤ ਅੱਛਾ ਸਵਾਲ ਹੈ ਜੀ ਇਹਦੇ 'ਚ ਮੈਂ ਇਹ ਦੱਸਣਾ ਚਾਹਾਂਗਾ ਕਿ ਐਲੋਪੈਥੀ 'ਚ ਜਿਹੜੀ ਕਿ ਅਸੀਂ ਪ੍ਰੈਕਟਿਸ ਕਰਦੇ ਆ ਇੰਗਲਿਸ਼ ਮੈਡੀਸਨ ਤੁਸੀਂ ਕਹਿ ਦਿੰਦੇ ਹੋ ਇਹਦੇ ਜਿਹੜੇ ਮਰੀਜ਼ ਆਂਦੇ ਨੇ ਜੇ ਉਹ ਆਪਣੀ ਲਾਈਫਸਟਾਈਲ ਨੂੰ ਮੇਨਟੇਨ ਕਰਦੇ ਨੇ ਐਕਸਰਸਾਈਜ਼ ਕਰਦੇ ਨੇ ਰੈਗੂਲਰਲੀ ਵੈਕਸੀਨਸ ਕਰ ਲਗਵਾਉਂਦੇ ਨੇ ਦਵਾਈ ਟਾਈਮ ਤੇ ਖਾਂਦੇ ਨੇ ਉਹਦੇ ਨਾਲ ਬਹੁਤ ਅੱਛੀ ਜ਼ਿੰਦਗੀ ਬਤੀਤ ਕਰ ਸਕਦੇ ਨੇ ਮੈਂ ਨਾਮ ਤਾਂ ਨਹੀਂ ਲੈ ਸਕਦਾ ਬਟ ਬਹੁਤ ਸਾਰੀਆਂ ਸਾਡੀਆਂ ਪ੍ਰਮੁੱਖ ਹਸਤੀਆਂ ਨੇ ਜਿਨ੍ਹਾਂ ਨੂੰ ਐਸਥਮਾ ਦੀ ਪ੍ਰੋਬਲਮ ਹੈ ਤੇ ਉਹ ਰੈਗੂਲਰ ਇਨਹੇਲਰ ਦਾ ਇਸਤੇਮਾਲ ਕਰਦੇ ਨੇ ਜਾਂ ਦਵਾਈਆਂ ਬਾਕੀ ਲੈਂਦੇ ਨੇ ਤੇ ਬਹੁਤ ਨਾਰਮਲ ਲਾਈਫਸਟਾਈਲ ਲੈਂਦੇ ਨੇ ਮੈਂ ਇਹ ਕਹਿ ਸਕਦਾ ਵੀ ਇਹਨੂੰ ਆਪਾਂ ਕਾਫੀ ਹੱਦ ਤੱਕ ਮਤਲਬ 99% ਅਲਰਜੀ ਨੂੰ ਅਸੀਂ ਟਰੀਟ ਕਰ ਸਕਦੇ ਆ ਪੇਸ਼ੈਂਟ ਨੂੰ ਦੇਖ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਨੂੰ ਅਲਰਜੀ ਹੈ ਮਤਲਬ ਇੰਨੀ achhi ਤਰ੍ਹਾਂ ਨਾਲ ਅਲਰਜੀ ਨੂੰ ਟਰੀਟ ਕੀਤਾ ਜਾ ਸਕਦਾ ਪਰ ਜੇ ਤੁਸੀਂ ਇਹ ਕਹੋ ਵੀ 5 ਦਿਨ 10 ਦਿਨ ਦਵਾਈ ਦਾ ਕੋਰਸ ਕਰ ਲਓ ਉਸ ਤੋਂ ਬਾਅਦ ਸਾਰੀ ਉਮਰ ਉਹਨਾਂ ਨੂੰ ਦਵਾਈ ਦੀ ਲੋੜ ਨਾ ਪਵੇ ਤਾਂ ਇਸ ਤਰ੍ਹਾਂ ਦੀ ਕੋਈ ਪ੍ਰੋਵੀਜ਼ਨ ਸਾਡੀ ਮੈਡੀਸਨ 'ਚ ਨਹੀਂ ਹੈਗੀ ਦਵਾਈ ਲੈਣੀ ਬਣੀ ਹਾਂ ਦਵਾਈ ਉਹਨਾਂ ਨੂੰ ਲੈਣੀ ਪੈਂਦੀ ਹੈ ਇਹ ਚੀਜ਼ ਹੈ ਧੰਨਵਾਦ ਉਸ ਸੰਬੰਧਿਤ ਹੈ ਥੈਂਕ ਯੂ ਬਿਲਕੁਲ ਜੀ ਸਾਨੂੰ ਸਾਡੇ ਨਾਲ ਡਾਕਟਰ ਸਨੀ ਵਰਦੀ ਜੀ ਜਿਹਨਾਂ ਨਾਲ ਗੱਲਬਾਤ ਕੀਤੀ ਕਿ ਅੱਜ ਦੀ ਜਿਹੜੀ ਭਿਆਨਕ ਬਿਮਾਰੀ ਆ ਪ੍ਰਦੂਸ਼ਨ ਨੂੰ ਲੈ ਕੇ ਸਾਡੇ ਨੂੰ ਨਾਲ ਸਾਹ ਦੀਆਂ ਬਿਮਾਰੀਆਂ ਹੁੰਦੀਆਂ ਨੇ ਦਿਲ ਦੀਆਂ ਬਿਮਾਰੀਆਂ ਹੁੰਦੀਆਂ ਨੇ ਅਨੇਕਾਂ ਹੀ ਬਿਮਾਰੀਆਂ ਦਾ ਇੱਕੋ ਕਾਰਨ ਹੁੰਦਾ ਕਿ ਪ੍ਰਦੂਸ਼ਨ ਸਾਨੂੰ ਬਚਾਅ ਕਰਨਾ ਚਾਹੀਦਾ ਸੋ ਰੋਕਥਾਮ ਜਿੱਦਾਂ ਕੇ ਲਈਏ ਸਾਡੇ ਆਪਣੇ ਹੱਥ ਦੇ ਵਿੱਚ ਆ ਬਿਲਕੁਲ ਬਣਦੇ ਸਾਡੇ ਨਾਲ ਵੇਖਿਓ ਬਾਈ ਜੀ ਟੀਵੀ